ਭਾਰਤੀ ਮੂਲ ਦੇ ਸੀਨੀਅਰ ਪੁਲਿਸ ਅਧਿਕਾਰੀ ਪਰਮ ਸੰਧੂ ਨੇ ਹੁਣ ਯੂਕੇ ਦੀ ਸਭ ਤੋਂ ਵੱਡੀ ਪੁਲਿਸ ਫੋਰਸ ਸਕਾਟਲੈਂਡ ਯਾਰਡ ਦੇ ਖਿਲਾਫ ਭੇਦਭਾਵ ਦੇ ਦੋਸ਼ ਲਗਾਏ ਨੇ। ਪਰਮ ਸੰਧੂ ਦਾ ਦੋਸ਼ ਹੈ ਕਿ ਉਸ ਨਾਲ ਭਾਰਤੀ ਹੋਣ ਤੇ ਇੱਕ ਮਹਿਲਾ ਹੋਣ ਦੇ ਕਾਰਨ ਭੇਦਭਾਵ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦੇ ਉਹਨਾਂ ਨੂੰ ਪ੍ਰਮੋਸ਼ਨ ਨਹੀਂ ਦਿੱਤੀ ਜਾ ਰਹੀ। ਜ਼ਿਕਰਯੋਗ ਹੈ ਕਿ 54 ਸਾਲਾਂ ਦੀ ਪਰਮ ਸੰਧੂ ਮੈਟਰੋਪੋਲੀਟਨ ਪੁਲਿਸ 'ਚ ਬਤੌਰ ਅਸਥਾਈ ਚੀਫ ਸੁਪਰਡੈਂਟ ਸੇਵਾਵਾਂ ਨਿਭਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਦੁਰਵਿਹਾਰ ਦੇ ਦੋਸ਼ ਦਾ ਸਾਹਮਣਾ ਕਰ ਰਹੀ ਪਰਮ ਸੰਧੂ ਖਿਲਾਫ ਕਰੀਬ 1 ਸਾਲ ਤੋਂ ਮੈਟਰੋਪੋਲੀਟਨ ਪੁਲਿਸ ਇਨਵੈਸਟੀਗੇਸ਼ਨ ਵੱਲੋਂ ਜਾਂਚ ਚੱਲ ਰਹੀ ਸੀ, ਜਿਸ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਪਰਮ ਸੰਧੂ ਨੂੰ ਮੁਕਤੀ ਮਿਲੀ ਹੈ। ਜਦਕਿ ਹੁਣ ਉਹਨਾਂ ਵੱਲੋਂ ਸਕਾਟਲੈਂਡ ਯਾਰਡ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਗਿਆ, ਜਿਸ ਦੀ ਪਹਿਲੀ ਸੁਣਵਾਈ ਅਗਲੇ ਹਫ਼ਤੇ ਹੋਵੇਗੀ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।